करूंगी, जरा बच्चे छोटे हैं पर जागरूक जरूर करूंगी। कई लोग हाँ जी हाँ जी जरूर सर, इदा काफ़ी हद तक बचाव हो सकता है। तो जो असं कर सकते जो साढ़े हाथ से असं करिए, बाकी जो रब है। पाजी ऑपरेशन कोर्ट वालों और ट्रैफिक पुलिस वालों को अवेयरनेस की जा रही है, ट्रैफिक के ਜਿਹੜੇ ਹੋਣ ਰਹੇ ਨੇ ਉਹਨਾਂ ਦਾ ਫੁੱਲ ਔਰ ਹੈਲਪ ਦੀ ਹੈ। ਹਾਂਜੀ ਅੱਜ ਅਸੀਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਜਲੰਧਰ ਇਨ ਕੋਆਪਰੇਸ਼ਨ ਵਿਦ ਜਿਹੜੇ ਹੈ ਕਮਿਸ਼ਨਰੇਟ ਪੁਲਿਸ ਜਿਹੜੀ ਜਲੰਧਰ ਵੱਲੋਂ ਅਸੀਂ ਇੱਕ ਸਾਂਝਾ ਆਪਰੇਸ਼ਨ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਲੋਕਾਂ ਨੂੰ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਦੇ ਲਈ ਇਨਕਰੇਜ ਕਰ ਰਹੇ ਹਾਂ। ਸਾਡਾ ਮੇਨ ਮੰਤਵ ਇਹੀ ਹੈ ਕਿ ਲੋਕ ਜਿਹੜੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਨ ਤੇ ਵਾਇਲੇਸ਼ਨਸ ਨਾ ਹੋਣ। ਇਹਦੇ ਨਾਲ ਜਿਹੜੇ ਹਿਊਮਨ ਲਾਈਫ ਹੈ ਜਿਹੜੀ ਇੰਨੀ ਪ੍ਰੈਸ਼ੀਅਸ ਲਾਈਫ ਭਗਵਾਨ ਨੇ ਆਪਾਂ ਨੂੰ ਦਿੱਤੀ ਹੈ ਉਹਦੀ ਜਿਹੜੀ ਸੇਫਟੀ ਹੋ ਸਕੇ। ਮੈਮ ਕਿਤਾ ਦੇਖਿਆ ਜਾਂਦਾ ਅਕਸਰ ਸੈਮੀਨਾਰ ਤੋਂ ਤੁਹਾਡੇ ਵੱਲੋਂ ਜ਼ਰੂਰ ਲਗਾਏ ਜਾਂਦੇ ਪਰ ਟ੍ਰੈਫਿਕ ਦਾ ਫੋਲੋ ਨਹੀਂ ਲੋਕੀ ਕਰਦੇ। ਇੱਕ ਵਾਰੀ ਤੁਹਾਡੇ ਕੋਲ ਸਾਹਮਣੇ ਚੱਲ ਜਾਂਦਾ ਫਿਰ ਉਹਦਾ ਤੋਂ ਉਹਦੇ ਕੀ ਉਹਨਾਂ ਦੇ ਤੁਹਾਡੇ ਵੱਲੋਂ ਟ੍ਰੈਫਿਕ ਪੁਲਿਸ ਜਾਂ ਕੋਈ ਇੱਕ ਰੂਲ ਬਣਾਇਆ ਜਾ ਰਿਹਾ ਐਕਸ਼ਨ ਕੋਈ ਉਹਨਾਂ ਦੇ ਤਲਬ ਦੇਣਾ। ਦੇਖੋ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨਸ ਜਾਂ ਟ੍ਰੈਫਿਕ ਦੇ ਜਿਹੜੇ ਰੂਲਸ ਹੈਗੇ ਨੇ ਉਹ ਮੋਟਰ ਵਹੀਕਲ ਐਕਟ ਦੇ ਅੰਡਰ ਦਿੱਤੇ ਹੋਏ ਨੇ। ਜਦੋਂ ਵੀ ਟ੍ਰੈਫਿਕ ਅਫੀਸ਼ੀਅਲਸ ਉਹਨਾਂ ਦਾ ਚਲਾਨ ਕੱਟਦੇ ਨੇ ਉਹ ਵੀ ਉਹਨਾਂ ਰੂਲਸ ਦੇ ਅਕੋਰਡਿੰਗਲੀ ਹੁੰਦਾ ਤੇ ਜਦੋਂ ਅਸੀਂ ਉਹਨਾਂ ਤੋਂ ਫਾਈਨ ਲੈਂਦੇ ਉਹ ਵੀ ਰੂਲਸ ਦੇ ਅਕੋਰਡਿੰਗਲੀ ਹੁੰਦਾ। ਪਰ ਅੱਜ ਅਸੀਂ ਇੱਕ ਨਿਵੇਕਲਾ ਜਿਹੜਾ ਕਦਮ ਅਸੀਂ ਚੱਕ ਰਹੇ ਹਾਂ ਉਹ ਇਹ ਹੈ ਕਿ ਉਹਨਾਂ ਨੂੰ ਅਵੇਅਰ ਕਰਕੇ ਅਸੀਂ ਇਨਕਰੇਜ ਕਰੀਏ ਕਿ ਅੱਜ ਤੁਹਾਡਾ ਟ੍ਰੈਫਿਕ ਚਲਾਨ ਨਹੀਂ ਕੱਟ ਰਹੇ ਪਰ ਜੇ ਅੱਗੇ ਤੁਸੀਂ ਇਹ ਟ੍ਰੈਫਿਕ ਵਾਇਲੇਸ਼ਨਸ ਕਰੋਗੇ ਤਾਂ ਉਹਨਾਂ ਦਾ ਐਜ਼ ਪਰ ਰੂਲਸ ਟ੍ਰੈਫਿਕ ਚਲਾਨ ਕੱਟਿਆ ਜਾਊਗਾ। ਤੇ ਮੈਮ ਕਿਹੜੇ ਰੂਲ ਆਏ 3 ਵਾਰ ਤੋਂ 4 ਵਾਰ ਚਲਾਨ ਹੋ ਜਾਂਦਾ ਕਿ ਉਹਨਾਂ ਦੇ ਕਿਆ ਉਹਨਾਂ ਦੀ ਆਰਸੀ ਜਾਂ ਉਹਨਾਂ ਦਾ ਲਾਇਸੈਂਸ ਕੋਈ ਕੈਨਸਲ ਵੀ ਹੋਊਗਾ? ਬਿਲਕੁਲ ਬਿਲਕੁਲ ਜੀ, ਉਹਨਾਂ ਦਾ ਲਾਇਸੈਂਸ ਸਸਪੈਂਡ ਹੋ ਸਕਦਾ, ਆਰਸੀ ਉਹਨਾਂ ਦੀ ਹੋ ਸਕਦੀ ਹੈ 3 ਮਹੀਨੇ ਲਈ 6 ਮਹੀਨੇ ਲਈ। ਜਿਹੜਾ ਮੋਟਰ ਵਹੀਕਲ ਐਕਟ ਦੇ ਅੰਦਰ ਹੀ ਜਿਹੜੀਆਂ ਪ੍ਰੋਵੀਜ਼ਨਸ ਨੇ ਉਹਨਾਂ ਦੇ ਅੰਦਰ ਹੀ ਅਸੀਂ ਸਾਰਾ ਜਿਹੜਾ ਹੈ ਰੂਲਸ ਨੂੰ ਫੋਲੋ ਕਰਦੇ ਹਾਂ। हाँ सर, एक साझा ऑपरेशन थोड़े वालों जैसा वालों फिर किया गया अवेयरनेस ट्रैफिक के चलान फिर लोगों को अब करते नहीं जा रहे तो उन्होंने अवेयरनेस की जा रही है जी। बिल्कुल अज असी मानयोग जज साहब डिस्ट्रिक्ट लीगल सर्विस अथॉरिटी के डॉक्टर गगन उन्होंने नाल असी अज नो चलान डे मना रहे हैं जिहदे च लोकां नूं ट्रैफिक प्रति जागरूक भी किया जा रहा है। तो जे किसी को विदाउट हैलमेट या कोई ट्रैफिक रूल नहीं फॉलो कर रहा तो उन्होंने अवेयर कर रहे हैं। जे किसी को हैलमेट नहीं है वो भी सुविधा इतने रखी हुई है, उन्होंने हैलमेट भी इतों लैके उन्होंने दे रहे हैं जी। सर जिहड़े ट्रैफिक दा एक बार 2 बार 3 बार नहीं फॉलो करता कि उन्हां ते की एक्शन कीता जाए? बिल्कुल देखो तुसीं आने वाले टाइम दे विच असीं ई चलान सिस्टम शुरू कर रहे हैं जिहदे च मोहाली ते स्टार्ट हो भी गया है। बाकी साडे जे ट्रेनिंग सैशन चल रहा है होर हफ्ता 10 दिन तक असीं शुरू कर देना। ਉਹਦੇ 'ਚ ਪ੍ਰੋਵੀਜ਼ਨ ਹੈਗੀ ਹੈ ਉਹਦਾ ਰਿਕਾਰਡ ਮੇਨਟੇਨ ਕੀਤਾ ਜਾਂਦਾ। ਉਹਦੇ 'ਚ ਜੇ ਕੋਈ ਕਿਸੇ ਨੇ ਔਫੈਂਸ ਕੀਤਾ ਹੈ ਉਹਦੀ ਫੋਟੋ ਵਗੈਰਾ ਉਹਦਾ ਰਿਕਾਰਡ ਉਹਦਾ ਫਿਰ ਆਧਾਰ ਕਾਰਡ ਉਹਦਾ ਹਰ ਇੱਕ ਚੀਜ਼ ਮੇਨਟੇਨ ਕੀਤੀ ਹੈ। ਜਿਹੜਾ ਬਾਰ-ਬਾਰ ਕੋਈ ਔਫੈਂਸ ਕਰ ਰਿਹਾ ਹੈਪਚੁਅਲ ਹੈਗਾ ਆ ਔਫੈਂਸ ਕਰਨ ਦਾ ਉਹਦੇ ਅਸੀਂ ਫਿਰ ਲਾਇਸੈਂਸ ਕੈਂਸਲ ਕਰਨ ਲਈ ਵੀ ਆਰਟੀਓ ਸਾਹਿਬ ਨੂੰ ਦਿਖਾਂਗੇ। ਇਹ ਚਲਾਨ ਕਿਦੋਂ ਤੱਕ ਜਲੰਧਰ ਦੇ ਵਿੱਚ ਆਨਲਾਈਨ ਅਪਰੋਕਸੀਮੇਟਲੀ 10 ਦਿਨਾਂ ਦੇ ਵਿੱਚ ਅਸੀਂ ਸਟਾਰਟ ਕਰ ਰਹੇ ਹਾਂ।